कि संसार दे विच विचरदे होए जिस मालक कृपा करदे ने चलदे होए जो साडे कोलों विचरदे होए मन दे कोलों जाने अनजाने दे विच कोई एहो जी भुल हो जाती है तो सिख गुरु की शरण में अरदास करता है कृपा करो। तो जो अरदास करते हैं हमारे सच्चे पातशाह बख्शिश करते हैं पिछले अवगुण बख्श प्रभ आगे मार्ग पावे। संसार विच विचरदे होया चलदे होया मन दे कोलों कोई ऐसी थां दे उपर स्वास खर्च हो जांदा है तां जदों असी संगत विच आउंदे हां ते जिथे स्वास खर्च हो के उह साडा लेखा बनिया हुंदा है तब परमात्मा खुश होके उस साडा बख्शिश कर देंदे ने। सतसंगत दे विच आउण दा इह लाभ है मुकत भए मिल साध संगत तिनके अवगण सब पर हरिया तिनको देख पै है कृपाला तिन भव सागर तरे। जदों असी सतगुरु की शरण विच आके बैठते हाँ आपा समर्पण कर देंदे हाँ तो साडे पिछले अवगुण बख्श देंदे ने ते सानू फिर उत्तम पंथ की प्राप्ति उत्तम पंथ की बख्शिश करते हैं। सानू वो रस्ता दसते ने कि अज तो तुसी इस रस्ते दे उपर चलना है अगे जब तुसी जिस रस्ते उपर चल रहे सी उथे चलदिया चलदिया तुहाडे कोलों आ गलती हुई है जिस करके तुहाडा स्वासां दा तन लुटिया गया है। फिर गुरु साडे अवगुण बख्श के सानू ओ रस्ता छडाउंदा है ते सानू समझाउंदा है दूजी छोड़ कुआटड़ी एक सिउं लिव लाए। आंदे अगे तुसी दूसरे रस्ते ते चल रहे सी ते उस रस्ते चलदिया चलदिया तुहाडा धन लुटिया जा रहा सी तुहाडे ध्यान नूं इस तरीके दे नाल वरगलाया जा रहा सी कि तुहाडा स्वासां दा धन खर्च हो रहा सी। हुण पिछले तुहाडे अवगुण बख्शे गए ने ते हुण तुसी किहड़े रस्ते ते चलना है। जह पैंडे लूटी पनहारी सो मार्ग संतंदरारी जिस मार्ग के उपर साडा मन लुटिया जांदा है ओ रस्ता फिर सानू छडा दिंदे ने। ओ रस्ता हुंदा है गुरबाणी दे विच तात दा रस्ता ते तात दे रस्ते ते चलदा होया मन तृष्णा दा गुलाम हो जांदा है लोभ दी लहर दे विच चला जांदा है और चलदिया चलदिया वकारां दे विच ग्रस्त हो जांदा है। जदों असी संगत विच आउंदे हां फिर तात दा रस्ता छडाया जांदा है
ਤੇ ਸੰਗਤ ਵਿੱਚ ਆ ਕੇ ਸਾਨੂੰ ਉੱਤਮ ਪੰਥ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਪਾਤਸ਼ਾਹ ਫਰਮਾਉਂਦੇ ਨੇ ਆਂਦੇ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਸੰਗਤ ਵਿੱਚ ਗੁਰੂ ਫਿਰ ਸਾਨੂੰ ਉਹ ਪੰਥ ਦੱਸਦਾ ਹੈ ਉਹ ਰਸਤਾ ਜਿਸ ਰਸਤੇ ਤੇ ਚੱਲ ਕੇ ਅਸੀਂ ਪਾਰ ਬ੍ਰਹਮ ਪਰਮਾਤਮਾ ਦੇ ਨਾਲ ਮਿਲਾਪ ਕਰ ਸਕਦੇ ਹਾਂ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮਤਰਾ ਸਮਟਾਈ ਆਂਦੇ ਅੱਗੇ ਤੁਸੀਂ ਧਾਤ ਦੇ ਰਸਤੇ ਤੇ ਚੱਲਦੇ ਸੀ ਤੇ ਜਿਸ ਕਰਕੇ ਤੁਹਾਨੂੰ ਜਮਾਂ ਦਾ ਡਰ ਬਣਿਆ ਰਹਿੰਦਾ ਸੀ ਤੇ ਕਿਸੇ ਵੇਲੇ ਵੀ ਡੰਡਾ ਮਾਰ ਕੇ ਪਕੜ ਲੈਣਗੇ ਤੇ ਤੁਹਾਡੇ ਤੇ ਤਸ਼ੱਦਦ ਕਰਨਗੇ ਅੱਜ ਤੋਂ ਤੁਸੀਂ ਇਹ ਧਾਤ ਦਾ ਰਸਤਾ ਛੱਡ ਦੇਣਾ ਹੈ ਔਰ ਲਿਬਦੇ ਰਸਤੇ ਤੇ ਚੱਲ ਪੈਣਾ ਹੈ ਇਹ ਹੁਣ ਦੋ ਰਸਤੇ ਨੇ ਆਪਣੇ ਮਨ ਵਾਸਤੇ ਲਿਬ ਧਾਤ ਦੁਇਰਾ ਹੈ ਹੁਣ ਜਦੋਂ ਧਾਤ ਦਾ ਰਸਤਾ ਛਡਾ ਦਿੰਦੇ ਨੇ ਮਨ ਨੂੰ ਲਿਬਦੇ ਰਸਤੇ ਉੱਪਰ ਤੋਰ ਦਿੰਦੇ ਨੇ ਆਂਦੇ ਅੱਜ ਤੋਂ ਤੁਸੀਂ ਫਿਰ ਇਸ ਤਰ੍ਹਾਂ ਚੱਲਣਾ ਹੈ ਫਿਰ ਗੁਰੂ ਸਾਡੇ ਜੀਵਨ ਦੀ ਰੂਪ ਰੇਖਾ ਤਿਆਰ ਕਰਦਾ ਹੈ ਕਿ ਅੱਜ ਤੋਂ ਤੁਸੀਂ ਹੁਣ ਜਦੋਂ ਵਿਚਰਨਾ ਤੇ ਤੁਹਾਡਾ ਜਿਹੜਾ ਰਹਿਣ ਸਹਿਣ ਹੈ ਤੁਹਾਡਾ ਜਿਹੜਾ ਜੀਵਨ ਹੈ ਉਹ ਕਿਹੋ ਜਿਹਾ ਹੋਣਾ ਚਾਹੀਦਾ ਹੈ ਧਾਤ ਦੇ ਰਸਤੇ ਤੇ ਚੱਲਦਿਆਂ ਚੱਲਦਿਆਂ ਧਿਆਨ ਇੰਨਾ ਭਟਕ ਜਾਂਦਾ ਹੈ ਕਿ ਨਾਮ ਨਾਲੋਂ ਤੁਹਾਡੀ ਲਿਵ ਟੁੱਟ ਜਾਂਦੀ ਹੈ ਜਿਸ ਕਰਕੇ ਤੁਹਾਨੂੰ ਅੰਮ੍ਰਿਤ ਰਸ ਆਉਣਾ ਬੰਦ ਹੋ ਜਾਂਦਾ ਹੈ ਤੇ ਤੁਹਾਡੀ ਰਸਨਾ ਦੇ ਉੱਪਰ ਕਾਲ ਬੈਠ ਜਾਂਦਾ ਹੈ ਤੇ ਤੁਸੀਂ ਨਿਰੰਕਾਰ ਪਰਮਾਤਮਾ ਨੂੰ ਹੀ ਮਾੜੇ ਬਚਨ ਬੋਲਣੇ ਸ਼ੁਰੂ ਕਰ ਦਿੰਦੇ ਹੋ ਤੇ ਜਿਸ ਕਰਕੇ ਤੁਹਾਡੀ ਉਹਦੇ ਨਾਲੋਂ ਦੂਰੀ ਬਣ ਜਾਂਦੀ ਹੈ ਤੁਹਾਡੇ ਮਨ ਦੀ ਐਸੀ ਅਵਸਥਾ ਬਣ ਜਾਂਦੀ ਹੈ ਕਿ ਨਾਮ ਨਾਲੋਂ ਟੁੱਟਣ ਕਰਕੇ ਅੰਮ੍ਰਿਤ ਰਸ ਨਾ ਆਉਣ ਕਰਕੇ ਤੇ ਮੁੱਖ ਦੇ ਵਿੱਚੋਂ ਜਿਹੜੇ ਬੋਲ ਨਿਕਲਦੇ ਨੇ ਉਹ ਫਿੱਕੇ ਬੋਲ ਹੁੰਦੇ ਨੇ ਤੇ ਫਿੱਕੇ ਬੋਲ ਬੋਲਣ ਕਰਕੇ ਪਰਮਾਤਮਾ ਨਾਲੋਂ ਤੁਹਾਡਾ ਪਾੜਾ ਤੁਹਾਡੀ ਦੂਰੀ ਵੱਧ ਜਾਂਦੀ ਹੈ ਉਹ ਨਿਰੰਕਾਰ ਪਰਮਾਤਮਾ ਨੂੰ ਅੱਛੇ ਨਹੀਂ ਲੱਗਦੇ ਫਿੱਕਾ ਬੋਲ ਵਗੁੱਚਣਾ ਸੁਣ ਮਨ ਮੂਰਖ ਅਜਾਣ ਫਿਰ ਗੁਰੂ ਸਾਨੂੰ ਸਮਝਾਉਂਦਾ ਹੈ ਕਿ ਅੱਜ ਤੋਂ ਤੁਸੀਂ ਕਿਵੇਂ ਵਿਚਰਨਾ ਹੈ ਕਹਿੰਦੇ ਹੁਣ ਜਦੋਂ ਤੁਸੀਂ ਪ੍ਰਵੇਸ਼ ਆਉਣਾ ਹੈ ਕਰਮ ਕਰਨਾ ਹੈ ਤੇ ਤੁਸੀਂ ਲਿਵ ਦੇ ਰਸਤੇ ਦੇ ਉੱਪਰ ਚੱਲਣਾ ਹੈ ਮੁੱਖ ਦੇ ਵਿੱਚੋਂ ਇਹੋ ਜਿਹਾ ਬੋਲ ਬੋਲਣਾ ਕਿ ਜਿੱਥੋਂ ਤੁਹਾਡਾ ਉਸ ਪਰਮਾਤਮਾ ਦੇ ਨਾਲੋਂ ਪਿਆਰ ਨਾ ਟੁੱਟੇ ਤੇ ਸਾਡੇ ਜੀਵਨ ਦੀ ਰੂਪ ਰੇਖਾ ਤਿਆਰ ਹੁੰਦੀ ਹੈ ਪੁੱਛਦੇ ਨੇ ਕਹਿੰਦੇ ਮੂੰਹੋਂ ਕਿ ਬੋਲਣ ਬੋਲੀਏ ਜਿੱਤ ਸੋਣਾ ਧਰੇ ਪਿਆਰ ਅੱਗੇ ਤਾਂ ਅਸੀਂ ਇਹੋ ਜਿਹੇ ਬਚਨ ਬੋਲਦੇ ਸੀ ਉਹਨੂੰ ਚੰਗੇ ਨਹੀਂ ਸੀ ਲੱਗਦੇ ਹੁਣ ਅਸੀਂ ਮੁੱਖ ਦੇ ਵਿੱਚੋਂ ਕੀ ਬੋਲੀਏ ਕਿ ਸਾਡਾ ਉਸ ਨਾਲ ਪਿਆਰ ਬਣਿਆ ਰਹੇ ਆਪਣੇ ਮਾਤਾ ਪਿਤਾ ਨਾਲ ਤੇ ਫਿਰ ਮਨ ਨੂੰ ਸਮਝਾਉਂਦੇ ਨੇ ਆਂਦੇ ਨੇ ਅੰਮ੍ਰਿਤ ਵੇਲਾ ਜਦੋਂ ਤੁਸੀਂ ਪੌਣ ਵਿੱਚ ਜਾ ਕੇ ਮਿਲਣਾ ਹੈ ਇੱਥੋਂ ਵੇਲਾ ਸ਼ੁਰੂ ਹੁੰਦਾ ਹੈ ਸਮਾਂ ਸ਼ੁਰੂ ਹੁੰਦਾ ਹੈ ਪਵਨ ਆਰੰਭ ਸਤਿਗੁਰ ਮਤ ਵੇਲਾ ਸ਼ਬਦ ਗੁਰੂ ਸੁਰਤ ਧੁਨ ਚੇਲਾ ਜਦੋਂ ਤੁਸੀਂ ਪੌਣ ਦੇ ਵਿੱਚ ਜਾ ਕੇ ਮਿਲਣਾ ਹੈ ਤੇ ਤੁਸੀਂ ਆਪਣੀ ਜਿਹੜੀ ਲਿਵ ਹੈ
ਉਹ ਨਾਮ ਦੇ ਨਾਲ ਜੋੜ ਕੇ ਰੱਖਣੀ ਹੈ। ਜੇ ਤੁਹਾਡੀ ਲਿਵ ਨਾਮ ਦੇ ਨਾਲ ਜੁੜੀ ਰਹੇਗੀ ਤੇ ਦਸਵੇਂ ਦੁਆਰ ਦੇ ਵਿੱਚੋਂ ਤੁਹਾਨੂੰ ਅੰਮ੍ਰਿਤ ਰਸ ਆਉਂਦਾ ਰਹੇਗਾ ਤੇ ਜੇ ਮੁਖ ਦੇ ਵਿੱਚ ਅੰਮ੍ਰਿਤ ਆਉਣਾ ਸ਼ੁਰੂ ਹੋ ਜਾਏਗਾ ਤੇ ਤੁਸੀਂ ਅੰਮ੍ਰਿਤ ਬਚਨ ਬੋਲੋਗੇ, ਮਿੱਠਾ ਬਚਨ ਬੋਲੋਗੇ। ਇੱਕ ਨਾਮ ਫਿੱਕਾ ਨਾ ਗਲਾਏ ਸਭਨਾ ਮੈਂ ਸੱਚਾ ਤਨੀ। ਤੇ ਜਦੋਂ ਤੁਸੀਂ ਮਿੱਠਾ ਬੋਲੋਗੇ ਤੇ ਤੁਹਾਡਾ ਮਾਤਾ ਪਿਤਾ ਵੀ ਮਿੱਠਾ ਹੀ ਬੋਲਦਾ ਹੈ, ਉਹ ਕੌੜਾ ਬੋਲ ਜਾਣਦਾ ਹੀ ਨਹੀਂ ਹੈ। ਜੇ ਤੁਸੀਂ ਵੀ ਮਿੱਠਾ ਬੋਲੋਗੇ ਉਹਨੂੰ ਮਿੱਠਾ ਬੋਲਣ ਵਾਲੇ ਚੰਗੇ ਲੱਗਦੇ ਨੇ ਤੇ ਉਹ ਤੁਹਾਨੂੰ ਆਪਣੇ ਦਰਸ਼ਨ ਬਖਸ਼ਿਸ਼ ਕਰ ਦੇਗਾ ਤੇ ਸਮਝਾਉਂਦੇ ਨੇ ਕਿਵੇਂ ਵਿਚਰਨਾ ਹੈ। ਮੋਹੋ ਕੇ ਬੋਲਣ ਬੋਲੀਏ ਜਿੱਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ। ਜਦੋਂ ਆਪਾਂ ਸਵੇਰੇ ਪ੍ਰਵੇਸ਼ ਹੋਣਾ ਹੈ ਸਰੀਰ ਵਿੱਚ, ਸਾਡੀ ਜਿਹੜੀ ਲਿਵ ਹੈ ਉਹ ਸੱਚੇ ਨਾਮ ਦੇ ਨਾਲ ਜੁੜੀ ਹੋਣੀ ਚਾਹੀਦੀ ਹੈ। ਇਹ ਤੋਂ ਫਿਰ ਗੁਰੂ ਇੱਕ ਸਿੱਖ ਦੀ ਰਹਿਣੀ ਬਹਿਣੀ ਤਿਆਰ ਕਰਦਾ ਹੈ। ਗੁਰੂ ਦੀ ਸ਼ਰਨ ਵਿੱਚ ਆਉਣ ਤੋਂ ਪਹਿਲਾਂ ਮਾਇਆ ਉਸ ਮਨ ਨੂੰ ਚਲਾ ਰਹੀ ਹੁੰਦੀ ਹੈ। ਮਹਾਰਾਜ ਬਾਣੀ ਚ ਦੱਸਦੇ ਨੇ, ਕਹਿੰਦਾ ਫਰੀਦਾ ਦੁਨੀ ਵਜਾਈ ਵੱਜਦੀ ਤੂੰ ਵੀ ਵੱਜੇ ਨਾਲ, ਸੋ ਜੀਉ ਨਾ ਵੱਜਦਾ ਜਿਨ ਅੱਲਹ ਕਰਦਾ ਸਾ। ਕਹਿੰਦੇ ਜਦੋਂ ਤੁਸੀਂ ਪ੍ਰਵੇਸ਼ ਹੋਣਾ ਤੇ ਤੁਹਾਡੀ ਲਿਵ ਨਾਮ ਨਾਲ ਜੁੜੀ ਹੋਣੀ ਚਾਹੀਦੀ ਹੈ ਤੇ ਜਦੋਂ ਤੁਸੀਂ ਨਾਮ ਨਾਲ ਜੁੜੋਗੇ ਸੱਚੇ ਨਾਮ ਦੇ ਨਾਲ। ਹੁਣ ਸੱਚਾ ਨਾਮ ਹੈ ਜਿੱਥੇ ਪੌਣ ਪਾਣੀ ਤੇ ਬਸੰਤਰ ਖਤਮ ਹੋ ਜਾਂਦੇ ਨੇ, ਇਸ ਤੋਂ ਉੱਪਰ ਉਹ ਨਾਮ ਚੱਲਦਾ ਹੈ। ਉਸ ਨੂੰ ਮਹਾਰਾਜ ਬਾਣੀ ਚ ਫਰਮਾਉਂਦੇ ਨੇ, ਪੌਣ ਪਾਣੀ ਅਗਨੀ ਬਿਸਰਾਓ ਤਹਿ ਨਿਰੰਜਣ ਸੱਚਾ ਨਾਮ। ਜਿੱਥੇ ਪੌਣ ਪਾਣੀ ਬਸੰਤਰ ਖਤਮ ਹੋ ਜਾਂਦੇ ਨੇ, ਕਿਉਂਕਿ ਪੌਣ ਤੋਂ ਰਜੋ ਗੁਣ ਪੈਦਾ ਹੁੰਦਾ ਹੈ, ਪਾਣੀ ਤੋਂ ਸਤੋ ਗੁਣ ਪ੍ਰਗਟ ਹੁੰਦਾ ਹੈ ਔਰ ਅਗਨ ਤੋਂ ਤਮੋ ਗੁਣ ਬਣਦਾ ਹੈ। ਜਿੱਥੇ ਇਹ ਤਿੰਨ ਗੁਣ ਖਤਮ ਹੁੰਦੇ ਨੇ ਉੱਥੋਂ ਉਹ ਨਾਮ ਪ੍ਰਗਟ ਹੁੰਦਾ ਹੈ। ਪੌਣ ਪਾਣੀ ਅਗਨੀ ਬਿਸਰਾਓ ਤਹਿ ਨਿਰੰਜਨ ਸੱਚਾ ਨਾਮ। ਉੱਥੇ ਨਿਰੰਜਨ ਹੈ, ਉੱਥੇ ਹੀ ਉਸਦਾ ਨਾਮ ਹੈ। ਇਸ ਕਰਕੇ ਜਦੋਂ ਤੁਸੀਂ ਪੌਣ ਪਾਣੀ ਬਸੰਤਰ ਵਿੱਚ ਪ੍ਰਵੇਸ਼ ਹੋਵੋਗੇ, ਇੱਥੋਂ ਉੱਪਰ ਪਹਿਲਾਂ ਨਾਮ ਦੇ ਨਾਲ ਤੁਸੀਂ ਜੁੜ ਜਾਣਾ ਹੈ ਜਿੱਥੇ ਨਿਰੰਕਾਰ ਦਾ ਵਾਸਾ ਹੈ। ਹੁਣ ਆਪਾਂ ਰੋਜ਼ ਬਾਣੀ ਦੇ ਅੰਦਰ ਪੜ੍ਹਦੇ ਹਾਂ, ਵੱਡਾ ਸਾਹਿਬ ਉੱਚਾ ਥਾਂ, ਉੱਚੇ ਉੱਪਰ ਉੱਚਾ ਨਾਉ, ਏਵੜ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ। ਜਿਹੜਾ ਵੱਡਾ ਸਾਹਿਬ ਹੈ ਉੱਚੀ ਥਾਂ ਤੇ ਬੈਠਾ ਹੋਇਆ ਹੈ, ਇਸ ਕਾਇਨ ਦੇ ਵਿੱਚ ਸਭ ਤੋਂ ਉੱਚਾ ਅਸਥਾਨ ਜਿਹੜਾ ਹੈ ਉਸ ਨੂੰ ਗਗਨ ਕਹਿੰਦੇ ਨੇ। ਗਗਨ ਦੇ ਵਿੱਚ ਜਿੱਥੇ ਜੋਤ ਰੱਖੀ ਹੋਈ ਹੈ ਉੱਥੇ ਉਹਨਾਂ ਨੇ ਆਪਣਾ ਨਿਵਾਸ ਕੀਤਾ ਹੈ। ਦੱਸਦੇ ਨੇ ਬਾਣੀ ਦੇ ਅੰਦਰ, ਕਹਿੰਦੇ ਨੇ ਕਾਇਆ, ਇਹ ਸਰੀਰ ਨੂੰ ਕਾਇਆ ਕਹਿੰਦੇ ਨੇ। ਜਿੱਥੇ ਸ਼ਬਦ ਪ੍ਰਗਟ ਹੋ ਜਾਂਦਾ ਇਸ ਨੂੰ ਮੰਦਰ ਕਹਿੰਦੇ ਨੇ। ਜਿੱਥੇ ਜਾ ਕੇ ਸ਼ਬਦ ਗਗਨ ਵਿੱਚ ਚਲਾ ਜਾਂਦਾ, ਜੋਤ ਪ੍ਰਗਟ ਹੋ ਜਾਂਦੀ ਹੈ, ਇਸ ਨੂੰ ਮਹਿਲ ਕਹਿੰਦੇ ਨੇ। ਮਰ ਕਹਿੰਦੇ ਨੇ ਕਾਇਆ ਮੰਦਰ ਮਹਿਲ ਘਰ ਹਰ ਕਾ, ਤਿਸ ਵਿੱਚ ਰੱਖੀ ਜੋਤ ਅਪਾਰ,
नानक गुरमुख महल बलाइए, हर मेले मिलन हार। पांदे जिहड़ा वड्डा साहिब है उच्ची थान ते है, उत्थे ही उसका नाम है। जदों तुसी प्रवेश होना ते उस नाम दे नाल पहले जुड़ना है। हुण ध्यान रखना, अज तो जदों तुसी सवेरे उठना ते सवेरे किवें उठना है, किवें ये जीवन सारा शुरू करना है। पातशाह फरमाउंदे ने कि ऐसी अवस्था दे विच कि जदों आपां नाम दे नाल जुड़ांगे, मूहों के बोलन बोलीए, जित सुन तरे प्यार, मुख दे विचों अमृत बचन निकलदे, इस करके कहिंदे ने नाम दे नाल जुड़ो। ते नाम किथे है? पौन पाणी अग्नि बिसराओ, तह निरंजन सच्चा नाम। सौखे शब्दां दे विच तुसी सुखमनी साहिब च पढ़दे हो, नौनिद अमृत प्रभ का नाम, देई मैं इसका विश्राम, सुन समाद अनहद तनाद। जदों तुसी प्रवेश होना ते अपना ध्यान उस शब्द विच रखना है। इस तों उपर ही वह निरंकार परमात्मा का वस है। ਇਹ ਜਿੱਥੇ ਪੌਣ ਪਾਣੀ ਤੇ ਸ਼ਬਦ ਚੱਲਦਾ ਹੈ, ਇਹ ਜਿਹੜੀਆਂ ਤਿੰਨ ਸੂਖਮ ਨਾੜੀਆਂ ਨੇ ਜਿਹਨੂੰ ਈੜਾ ਪਿੰਗਲਾ ਤੇ ਸੁਖਮਨ ਕਹਿੰਦੇ ਨੇ, ਜਿੱਥੇ ਈੜਾ ਤੇ ਪਿੰਗਲਾ ਦੀ ਪੌਣ ਸਮ ਹੋ ਜਾਂਦੀ ਹੈ, ਜਦੋਂ ਸਮ ਹੋ ਗਈ ਅਸੀਂ ਧਿਆਨ ਲਾਉਂਦੇ ਹਾਂ, ਉਹਨੂੰ ਸਹਿਜ ਸੁਣ ਦਾ ਘਾਟ ਕਹਿੰਦੇ ਨੇ। ਉੱਥੇ ਧਿਆਨ ਲਾਉਣ ਦੇ ਨਾਲ ਸ਼ਬਦ ਪ੍ਰਗਟ ਹੁੰਦਾ ਹੈ, ਉਹਨੂੰ ਗੁਰਬਾਣੀ ਵਿੱਚ ਤਰਬੇਣੀ ਕਹਿੰਦੇ ਨੇ। ਉੱਥੇ ਹੀ ਨਿਰੰਕਾਰ ਪਰਮਾਤਮਾ ਦਾ ਆਸਣ ਹੈ ਤੇ ਨਿਸ਼ਾਨੀ ਦੱਸੀ ਹੋਈ ਹੈ ਸਾਨੂੰ। ਈੜਾ ਪਿੰਗਲਾ ਔਰ ਸੁਖਮਨਾ, ਤੀਨ ਬਸੇ ਇੱਕ ਠਾਈ, ਬੇਣੀ ਸੰਗਮ ਤਹਿ ਪ੍ਰਾਗ, ਮਨ ਮੱਜਨ ਕਰੇ ਤਥਾਈ, ਸੰਤੋ ਤਹਾਂ ਨਿਰੰਜਨ ਰਾਮ ਹੈ, ਗੁਰਗਮ ਚੀਨੇ ਬਿਰਲਾ ਕੋਏ, ਤਹਾਂ ਨਿਰੰਜਨ ਰਮਈਆ ਹੋਏ। ਹੁਣ ਜੇ ਉਹਦੇ ਨਾਲ ਆਪਾਂ ਜੁੜੇ ਰਹਿਣਾ ਚਾਹੁੰਦੇ ਹਾਂ, ਜਦੋਂ ਸਰੀਰ ਦੇ ਵਿੱਚ ਪ੍ਰਵੇਸ਼ ਹੋਣਾ ਹੈ, ਉਹਦੇ ਆਪਣੀ ਨਾਮ ਦੇ ਨਾਲ ਲਿਵ ਜੋੜ ਦੇਣੀ ਹੈ। ਤੁਸੀਂ ਪਿਛਲੇ ਔਗੁਣ ਤੁਹਾਡੇ ਮਾਫ ਕਰ ਦਿੱਤੇ ਨੇ, ਅੱਜ ਤੋਂ ਹੁਣ ਤੁਸੀਂ ਕੀ ਕਰਨਾ ਹੈ, ਉਹ ਗੁਰੂ ਫਿਰ ਸਾਡੇ ਜੀਵਨ ਦੀ ਰੂਪ ਰੇਖਾ ਤਿਆਰ ਕਰਦਾ ਹੈ। ਤੁਹਾਡੇ ਪਹਿਲਾਂ ਤੁਹਾਨੂੰ ਪਤਾ ਨਹੀਂ ਸੀ, ਤੁਸੀਂ ਸ਼ਰਨ ਵਿੱਚ ਨਹੀਂ ਆਏ, ਤੁਸੀਂ ਮੇਰੇ ਕੋਲ ਆਏ ਨਹੀਂ, ਮੇਰੇ ਨਾਲ ਗੱਲ ਨਹੀਂ ਕੀਤੀ, ਜਾਣੇ ਅਣਜਾਣੇ ਵਿੱਚ ਵਿਚਰਦੇ ਰਹੇ। ਪਰ ਅੱਜ ਤੋਂ ਤੁਸੀਂ ਕਿਵੇਂ ਚੱਲਣਾ ਹੈ? ਤੇ ਉੱਥੇ ਫਿਰ ਫਰਮਾਉਂਦੇ ਨੇ, ਉਹ ਆਂਦੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ। ਕੰਮ ਅੱਗੇ ਵੀ ਆਪਾਂ ਕਰਦੇ ਸੀ, ਜੌਬ ਤੇ ਜਾਂਦੇ ਹੋ ਤੁਸੀਂ, ਬਿਜ਼ਨਸ ਤੇ ਜਾਂਦੇ ਹੋ, ਪਰ ਹੁਣ ਕਿਵੇਂ ਚੱਲਣਾ ਹੈ? ਜਦੋਂ ਸਵੇਰੇ ਆਪਾਂ ਪ੍ਰਵੇਸ਼ ਹੋਣਾ, ਇੱਕਦਮ ਨਹੀਂ ਸਰੀਰ ਦੇ ਵਿੱਚ ਆਉਣਾ, ਸਿੱਧਾ ਨਹੀਂ ਪੌਣ ਦੇ ਵਿੱਚ ਆ ਕੇ ਮਿਲਣਾ, ਜਿਸ ਤਰ੍ਹਾਂ ਆਮ ਮਨਮੁੱਖ ਆ ਜਾਂਦਾ ਹੈ। ਮਾਰੇ ਕਹਿੰਦੇ ਨੇ, ਉਗਵੈ ਦਿਨਸ ਆਲ ਜਾਲ ਸੰਭਾਲੈ, ਬਿਖ ਮਾਇਆ ਕੇ ਵਿਸਥਾਰੇ, ਆਈ ਰਹਿਣ ਭਿਆ ਸੁਪਨੰਤਰ ਸੁਪਨੇ ਵੀ ਦੁੱਖ ਸਾਰੇ। ਮਨਮੁੱਖ ਜਦੋਂ ਜਾਗਦਾ ਹੈ, ਇੱਕਦਮ ਹੀ ਸਰੀਰ 'ਚ ਆ ਜਾਂਦਾ ਹੈ ਤੇ ਉੱਠਦਿਆਂ ਸਾਰ ਹੀ ਉਹ ਯੈਰ ਦੇ ਵਿੱਚ ਆ ਜਾਂਦਾ ਹੈ, ਯੈਰ ਇਕੱਠੀ ਕਰਨੀ ਸ਼ੁਰੂ ਕਰ ਦਿੰਦਾ ਹੈ। ਸਾਰਾ ਦਿਨ ਯੈਰ ਦੇ ਵਿੱਚ ਹੀ ਭੱਜਾ ਫਿਰਦਾ ਤੇ ਰਾਤ ਨੂੰ ਸੁਪਨਿਆਂ ਦੇ ਵਿੱਚ ਤੁਰਿਆ ਫਿਰਦਾ ਹੈ। ਜਾਗਤ, ਸੁਪਨ ਤੇ ਸਕੋਪਤ ਅਵਸਥਾ ਤਿੰਨ ਅਵਸਥਾਵਾਂ ਨੇ।
ਮਨਮੁਖ ਦਾ ਮਨ ਤਿੰਨਾਂ ਅਵਸਥਾਵਾਂ ਦੇ ਵਿੱਚ ਵਿਚਾਰਾਂ ਚ ਹੁੰਦਾ ਹੈ। ਇੱਥੇ ਹੁਣ ਆਪਾਂ ਨੂੰ ਸਮਝਾਉਂਦੇ ਨੇ ਕਿ ਮਨਮੁਖ ਦੀ ਤਰ੍ਹਾਂ ਨਹੀਂ ਆਉਣਾ ਤੁਸੀਂ, ਕਿਉਂਕਿ ਤੁਸੀਂ ਹੁਣ ਗੁਰੂ ਦੀ ਸ਼ਰਨ ਵਿੱਚ ਆ ਕੇ ਬੈਠੇ ਹੋ। ਇੱਕ ਬੱਚਾ ਸਕੂਲ ਜਾਂਦਾ ਹੈ, ਇੱਕ ਸਕੂਲ ਨਹੀਂ ਜਾਂਦਾ, ਦੋਹਾਂ ਦੇ ਵਿੱਚ ਫਰਕ ਹੋਣਾ ਚਾਹੀਦਾ ਹੈ। ਇੱਕ ਇਲੀਟਰੇਟ ਹੈ, ਅਨਪੜ੍ਹ ਹੈ, ਇੱਕ ਪੜ੍ਹਿਆ ਲਿਖਿਆ ਹੈ, ਵੈਲ ਐਜੂਕੇਟਡ ਹੈ। ਹੁਣ ਜਿਸਨੇ ਪੜ੍ਹਿਆ ਨਹੀਂ ਉਹ ਤੇ ਕਿਤੇ ਕਹੇਗਾ ਵੀ ਕੋਈ ਤੁਸੀਂ ਉਹਨੂੰ ਕਿਤਾਬ ਦਿਓਗੇ, ਉਹ ਨਹੀਂ ਬੋਲਿਆ ਉਹ ਕਹੇਗਾ ਮੈਨੂੰ ਮੈਨਰਸ ਨਹੀਂ ਸਿੱਖੇ, ਮੈਨੂੰ ਵਧੀਆ ਨਹੀਂ ਆਉਂਦਾ ਵੈਲ ਬਿਹੇਵ ਕਰਨਾ, ਉਹਨੂੰ ਤਾਂ ਮਾਫ ਕੀਤਾ ਜਾ ਸਕਦਾ ਹੈ। ਆਉਂਦੇ ਜੇ ਤੁਸੀਂ ਸਕੂਲ ਵਿੱਚ ਆਉਂਦੇ ਹੋ ਤੁਸੀਂ ਗਲਤੀ ਕਰੋਗੇ ਨਾ ਮਾਫੀ ਯੋਗ ਹੈ। ਪੜ੍ਹਿਆ ਹੋਵੇ ਗੁਣਹਗਾਰ ਤਾਂ ਉਮੀ ਸਾਧਨਾ ਮਾਰੀ ਹੈ। ਇਸ ਕਰਕੇ ਗੁਰੂ ਸਾਨੂੰ ਸਿੱਖਿਆ ਦਿੰਦਾ, ਸਮਝਾਉਂਦਾ ਹੈ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਜਿਹੜਾ ਗੁਰੂ ਦਾ ਸਿੱਖ ਹੈ ਉਹਨੇ ਕਿਤਨਾ ਚੱਲਣਾ ਹੈ। ਸੋ ਭਲ ਕੇ ਉੱਠ ਹਰਨਾਮ ਧਿਆਏ। ਜਦੋਂ ਸਵੇਰੇ ਸਰੀਰ ਦੇ ਵਿੱਚ ਪ੍ਰਵੇਸ਼ ਹੋਣਾ ਇੱਕਦਮ ਅੱਖਾਂ ਨਹੀਂ ਖੁੱਲਣੀਆਂ, ਨੇਤਰ ਆਪਣੇ ਬੰਦ ਹੀ ਰੱਖਣੇ ਨੇ, ਕਿਉਂਕਿ ਆ ਨੇਤਰਾਂ ਦੇ ਵਿੱਚ ਜਿਹੜਾ ਕਾਲਾਪਨ ਹੈ, ਆਪਣੇ ਨੇਤਰਾਂ ਦੇ ਵਿੱਚ ਜਿਹੜਾ ਕਾਲਾ ਜਿਹਾ ਡੇਲਾ ਆਪਾਂ ਪੰਜਾਬੀ ਜਾਗਦੇ ਹਾਂ, ਉਸ ਅੰਦਰ ਇੱਕ ਬਰੀਕ ਜਿਹਾ ਬਿੰਦੂ ਹੈ ਸਾਰਿਆਂ ਦੇ ਆਪਣੇ। ਉਹ ਜਿਹੜਾ ਬਰੀਕ ਬਿੰਦੂ ਉਸ ਨੂੰ ਬਾਣੀ ਵਿੱਚ ਧੀਰੀ ਆਖਦੇ ਨੇ। ਤੇ ਜਦੋਂ ਸਵੇਰੇ ਮਨ ਆਉਂਦਾ ਹੈ ਉਸ ਧੀਰੀ ਦੇ ਵਿੱਚ ਆ ਕੇ ਬੈਠਦਾ ਹੈ, ਕਿਉਂਕਿ ਰਾਤ ਨੂੰ ਮਨ ਜਿਹੜਾ ਹੈ ਉਹ ਸੁਣ ਮੰਡਲ ਵਿੱਚ ਹੁੰਦਾ ਹੈ। ਸਵੇਰੇ ਮਨ ਨੇ ਇਸ ਧੀਰੀ ਵਿੱਚ ਆ ਕੇ ਬੈਠਣਾ ਹੁੰਦਾ ਹੈ, ਤੇ ਜਦੋਂ ਧੀਰੀ ਵਿੱਚ ਬੈਠਦਾ ਹੈ ਉਸ ਤੋਂ ਬਾਅਦ ਇਹ ਪੌਣ ਦੇ ਵਿੱਚ ਮਿਲਣਾ ਹੁੰਦਾ ਹੈ। ਆਮ ਜਿਹੜਾ ਜੀਵ ਹੈ ਉਸਨੂੰ ਇਸ ਖੇਲ ਦਾ ਪਤਾ ਨਹੀਂ। ਉਹ ਜਦੋਂ ਸਿੱਧਾ ਆਉਂਦਾ ਹੈ ਇੱਕਦਮ ਨੇਤਰ ਖੋਲਦਾ, ਇਹ ਜਿਹੜੀ ਜੋਤ ਹੈ ਉਹ ਵੱਧ ਘੱਟ ਹੋ ਜਾਂਦੀ ਹੈ। ਸੱਜੇ ਪਾਸੇ ਜ਼ਿਆਦਾ ਜੋਤ ਹੋ ਜਾਂਦੀ ਹੈ, ਖੱਬੇ ਪਾਸੇ ਘੱਟ ਹੋ ਜਾਂਦੀ ਹੈ। ਸੱਜੇ ਨੂੰ ਸੂਰਜ ਕਹਿੰਦੇ ਨੇ, ਖੱਬੇ ਨੂੰ ਚੰਦਰਮਾ ਆਖਦੇ ਨੇ। ਜਿਸ ਕਰਕੇ ਜੋਤ ਵੱਧ ਘੱਟ ਹੋਣ ਕਰਕੇ ਤੇ ਸਾਹਮਣੇ ਦਿਸਣਾ ਬੰਦ ਹੋ ਜਾਂਦਾ ਹੈ, ਸਾਨੂੰ ਦਿਸਦਾ ਨਹੀਂ। ਆ ਜਿਹੜਾ ਆਪਾਂ ਦੇਖਦੇ ਹਾਂ ਇਹ ਤੇ ਸੂਰਜ ਦੀ ਰਿਫਲੈਕਸ਼ਨ ਦੇ ਨਾਲ ਦੇਖਦੇ ਹਾਂ, ਕਿਉਂਕਿ ਸੂਰਜ ਚੜ੍ਹਦਾ ਹੈ ਉਹ ਸ਼ੀਸ਼ੇ ਦੇ ਵਿੱਚ ਕਿਰਨਾਂ ਰਿਫਲੈਕਟ ਕਰਦੀਆਂ ਨੇ ਤੇ ਚਾਨਣ ਹੋ ਜਾਂਦਾ ਹੈ। ਆਪਣੀ ਜਿਹੜੀ ਜੋਤ ਹੈ ਉਹ ਗੁਪਤ ਹੋ ਜਾਂਦੀ ਹੈ, ਉਧਰ ਜੋਤ ਗੁਪਤ ਹੋ ਜਾਂਦੀ ਹੈ, ਉਧਰ ਪੌਣ ਦਾ ਸੰਤੁਲਨ ਵਿਗੜ ਜਾਂਦਾ ਹੈ। ਇੱਕ ਪਾਸੇ ਪੌਣ ਵੱਧ ਜਾਂਦੀ ਹੈ, ਇੱਕ ਪਾਸੇ ਘੱਟ ਜਾਂਦੀ ਹੈ। ਇਹ ਦੋ ਸੁਰਾਂ ਦੇ ਵਿੱਚ ਪੌਣ ਦੇ ਵਧਣ ਘਟਣ ਦੇ ਨਾਲ ਇਹ ਦਰ ਬੰਦ ਹੋ ਜਾਂਦਾ ਹੈ, ਸਾਡੇ ਅੰਦਰ ਵਿਚਾਰ ਫੁਰਨੇ ਚੱਲਣ ਲੱਗ ਜਾਂਦੇ ਨੇ, ਉਹਨਾਂ ਵਿਚਾਰਾਂ ਦੇ ਘੇਰੇ ਦੇ ਵਿੱਚ ਮਨ ਆ ਜਾਂਦਾ ਹੈ। ਇਸ ਕਰਕੇ ਪਕੜਿਆ ਰਹਿੰਦਾ ਹੈ, ਧਾਤ ਦੇ ਰਸਤੇ ਤੇ ਚੱਲ ਪੈਂਦਾ ਹੈ। ਇੱਥੇ ਹੁਣ ਗੁਰੂ ਸਾਨੂੰ ਸਮਝਾਉਂਦਾ ਹੈ, ਆਉਂਦੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉੱਠ ਹਰਨਾਮ ਧਿਆਏ। ਪਹਿਲਾਂ ਜਦੋਂ ਸਰੀਰ ਵਿੱਚ ਪ੍ਰਵੇਸ਼ ਹੋਣਾ ਨੇਤਰ ਬੰਦ ਰੱਖਣੇ ਤੇ ਸਿਮਰਨ ਕਰਨਾ ਸ਼ੁਰੂ ਕਰ ਦੇਣਾ ਹੈ। ਜਿਵੇਂ ਜਿਵੇਂ ਆਪਾਂ ਸਿਮਰਨ ਕਰਦੇ ਜਾਵਾਂਗੇ ਇਹ ਪੌਣ ਸਮ ਰਹੇਗੀ। ਥੋੜ੍ਹਾ ਚਿਰ ਸਿਮਰਨ ਕਰਨ ਤੋਂ ਬਾਅਦ ਆਪਣਾ ਜਿਹੜਾ ਧਿਆਨ ਹੈ ਉਹ ਨੇਤਰਾਂ ਦੇ ਸੈਂਟਰ ਵਿੱਚ ਟਿਕਾ ਦੇਣਾ ਹੁੰਦਾ ਹੈ, ਜਿਸ ਨੂੰ ਗੁਰਬਾਣੀ ਦੇ ਵਿੱਚ ਸੁਣ ਕਹਿੰਦੇ ਨੇ, ਘਾਟ ਕਹਿੰਦੇ ਨੇ। ਇਹਦੇ ਜਦੋਂ ਟਿਕਾ ਕੇ ਬੈਠ ਗਏ ਇਥੋਂ ਉਹ ਨਾਮ ਪ੍ਰਗਟ ਹੋ ਜਾਏਗਾ।
ਤੇ ਜਿੱਥੋਂ ਉਹ ਨਾਮ ਪ੍ਰਗਟ ਹੁੰਦਾ ਹੈ ਸੁਣ ਵਿੱਚੋਂ ਉਹਨੂੰ ਘਾਟ ਕਹਿੰਦੇ ਨੇ, ਉੱਥੇ ਬੈਠਣਾ ਹੁੰਦਾ ਹੈ। ਗੰਗ ਜਮਨ ਕੇ ਅੰਤਰੇ ਸਹਿਜ ਸੁਣ ਕੇ ਘਾਟ, ਤਾਂ ਕਬੀਰੇ ਮਟਕੀਆ ਖੋਜਤ ਮੁਣਜਨ ਬਾਟ। ਇੱਥੇ ਜਦੋਂ ਬੈਠੇ ਇਧਰੋਂ ਪੌਣ ਸਮ ਹੋ ਗਈ, ਨਾਲ ਹੀ ਤੁਹਾਨੂੰ ਅੰਦਰੋਂ ਇੱਕ ਆਵਾਜ਼ ਸੁਣਾਈ ਦੇਣ ਲੱਗ ਜਾਏਗੀ, ਕਿਉਂਕਿ ਜਦੋਂ ਦਰ ਤੇ ਬੈਠੋਗੇ ਇਹ ਉਹ ਦਰ ਹੈ ਜਿੱਥੇ ਪਰਮਾਤਮਾ ਦਾ ਸ਼ਬਦ ਚੱਲ ਰਿਹਾ ਹੈ। ਇਸ ਤੋਂ ਉੱਪਰ ਨਿਰੰਕਾਰ ਦਾ ਵਾਸਾ ਹੈ। ਆ ਜਿਹੜਾ ਆਪਣਾ ਮਸਤਕ ਹੈ ਇਸ ਨੂੰ ਪਦਮ ਆਖਦੇ ਨੇ। ਇਸ ਪਦਮ ਦੇ ਅੰਦਰ ਮਣੀ ਦਾ ਪ੍ਰਕਾਸ਼ ਹੈ, ਉਹਦੇ ਅੰਦਰ ਸੱਚ ਦੀ ਜੋਤ ਹੈ। ਉਹਦੇ ਅਗਲੇ ਪਾਸੇ ਫਿਰ ਪੰਜ ਸ਼ਬਦ ਵੱਜ ਰਹੇ ਨੇ। ਜਦੋਂ ਧਿਆਨ ਇੱਥੇ ਆ ਕੇ ਟਿਕੇਗਾ ਤੇ ਕੀ ਨਿਸ਼ਾਨੀ ਪ੍ਰਗਟ ਹੋ ਜਾਏਗੀ? ਮਸਤਕ ਪਦਮ ਦੁਆਲੇ ਮਣੀ, ਮਾਹੇ ਨਿਰੰਜਨ ਤ੍ਰੈ ਭਵਨ ਧਣੀ, ਪੰਜ ਸ਼ਬਦ ਨਿਰਮਾਇਲ ਬਾਜੇ, ਢੁਲਕੇ ਚਵਰ ਸੰਖ ਘਾਣ ਗਾਜੇ। ਇਸ ਤਰ੍ਹਾਂ ਦੀ ਕੋਈ ਵੀ ਧੁਨੀ ਤੁਹਾਨੂੰ ਸੁਣਾਈ ਦੇਵੇਗੀ। ਜਦੋਂ ਉਹ ਧੁਨ ਸੁਣਾਈ ਦੇਣ ਲੱਗ ਪਏ ਉਸ ਨੂੰ ਗੁਰਬਾਣੀ ਦੇ ਵਿੱਚ ਨਾਮ ਕਹਿੰਦੇ ਨੇ। ਅਨਹਦ ਸ਼ਬਦ ਨੂੰ ਨਾਮ ਆਖਦੇ ਨੇ। ਤੇ ਜਦੋਂ ਉਹ ਨਾਮ ਸੁਣਨ ਲੱਗ ਜਾਂਦਾ ਹੈ ਉਸ ਅਸਥਾਨ ਨੂੰ ਤੀਰਥ ਆਖਦੇ ਨੇ। ਤੇ ਜਦੋਂ ਮਨ ਉੱਥੇ ਬੈਠਦਾ ਹੈ ਉੱਥੇ ਮਨ ਦਾ ਇਸ਼ਨਾਨ ਹੁੰਦਾ ਹੈ। ਤੇ ਪਾਤਸ਼ਾਹ ਬਾਣੀ ਦੇ ਅੰਦਰ ਫਰਮਾਉਂਦੇ ਨੇ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਾਲ ਕੇ ਉਠ ਹਰ ਨਾਮ ਧਿਆਏ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨਾਏ। ਇੱਥੇ ਫਿਰ ਜਦੋਂ ਮਨ ਬੈਠਦਾ ਹੈ ਇਹਨੂੰ ਤੀਰਥ ਆਖਦੇ ਨੇ। ਤੀਰਥ ਦੇ ਉੱਪਰ ਬੈਠ ਕੇ ਜਦੋਂ ਨਾਮ ਨੂੰ ਸੁਣਦਾ ਹੈ ਤੇ ਪਾਤਸ਼ਾਹ ਫਰਮਾਉਂਦੇ ਨੇ ਤੀਰਥ ਨਾਵਣ ਜਾਓ। ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਜਦੋਂ ਇੱਥੋਂ ਅਨਹਦ ਸ਼ਬਦ ਦੇ ਨਾਲ ਜੁੜਦਾ ਮਨ ਸ਼ੁੱਧ ਹੁੰਦਾ ਹੈ। ਇਹ ਤੋਂ ਫਿਰ ਹੌਲੀ ਹੌਲੀ ਆਪਾਂ ਸੰਸਾਰ 'ਚ ਪ੍ਰਵੇਸ਼ ਹੋਣਾ। ਪੌਣ ਵਿੱਚ ਆ ਕੇ ਮਿਲਣਾ ਤੇ ਤੁਹਾਡਾ ਸਰੀਰ ਦੇ ਨਾਲ ਸੰਪਰਕ ਹੁੰਦਾ ਜਾਏਗਾ। ਤੇ ਜਦੋਂ ਇਹ ਸਰੀਰ ਨਾਲ ਸੰਪਰਕ ਹੋ ਗਿਆ ਇਹ ਤੱਤਾਂ ਦਾ ਕੱਪੜਾ ਮਨ ਨੇ ਪਹਿਨ ਲੈਣਾ ਹੁੰਦਾ ਹੈ। ਜਦੋਂ ਸੁਰਤ ਸਰੀਰ ਦੇ ਵਿੱਚ ਆ ਗਈ, ਇਧਰੋਂ ਪੌਣ ਸਮ ਹੈ, ਉਦੋਂ ਫਿਰ ਨੇਤਰ ਖੋਲਣੇ ਨੇ। ਇਹਤੋਂ ਫਿਰ ਜਦੋਂ ਅਸੀਂ ਨੇਤਰ ਖੋਲਦੇ ਹਾਂ ਤੇ ਨੇਤਰਾਂ ਨੂੰ ਸਮ ਕਰਕੇ ਰੱਖਣਾ ਹੁੰਦਾ ਹੈ। ਤੇ ਜਦੋਂ ਨੇਤਰ ਸਮ ਕਰਕੇ ਖੋਲੇ, ਇਧਰੋਂ ਕੱਪੜਾ ਪਹਿਨ ਲਿਆ, ਉਧਰੋਂ ਨਾਮ ਨਾਲ ਜੁੜੇ ਅੰਮ੍ਰਿਤ ਆਇਆ, ਤੇ ਧਿਆਨ ਕਿੱਥੇ ਚਲਾ ਗਿਆ? ਕਰਮੀ ਆਵੇ ਕੱਪੜਾ। ਫਿਰ ਆਪਾਂ ਕਰਮ ਕਰਨ ਵਾਸਤੇ ਇਹ ਕੱਪੜਾ ਪਹਿਨਣਾ ਹੈ। ਕਿਸੇ ਨੇ ਜੌਬ 'ਤੇ ਜਾਣਾ ਹੈ, ਬਿਜ਼ਨਸ 'ਤੇ ਜਾਣਾ ਹੈ, ਪੜ੍ਹਨ ਵਾਸਤੇ ਜਾਣਾ ਹੈ, ਕੋਈ ਕੰਮ ਕਰਨ ਵਾਸਤੇ ਇਹ ਕੱਪੜਾ ਪਹਿਨ ਲਿਆ। ਅਤੇ ਜਦੋਂ ਇੱਧਰੋਂ ਨੇਤਰਾਂ ਨੂੰ ਖੋਲ੍ਹਿਆ ਇਹਨਾਂ ਨੂੰ ਸਮ ਰੱਖਣਾ ਹੈ। ਅਤੇ ਜਦੋਂ ਸਮ ਰੱਖ ਕੇ ਸਾਹਮਣੇ ਦੇਖਦੇ ਹਾਂ ਇੱਥੇ ਸਾਰਾ ਪ੍ਰਕਾਸ਼ ਪ੍ਰਕਾਸ਼ ਨਜ਼ਰ ਆਏਗਾ। ਇਸ ਨੂੰ ਮੋਖ ਦੁਆਰ ਕਹਿੰਦੇ ਨੇ। ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ। ਫਿਰ ਆਪਣੀ ਜਿਹੜੀ ਦ੍ਰਿਸ਼ਟੀ ਹੈ ਆਪਣਾ ਧਿਆਨ ਇੱਥੇ ਰੱਖਣਾ ਹੈ। ਜਦੋਂ ਧਿਆਨ ਇੱਥੇ ਰੱਖਾਂਗੇ
ਇਥੋਂ ਸਵਾਸ ਮਿਲ ਰਿਹਾ ਹੈ ਸਾਨੂੰ, ਜਿੱਥੋਂ ਇਹ ਪੌਣ ਦਿੱਤੀ ਜਾ ਰਹੀ ਹੈ ਆਪਾਂ ਇੱਥੇ ਧਿਆਨ ਰੱਖਾਂਗੇ। ਇੱਥੇ ਨਿਰਗੁਣ ਦਾ ਜਿਹੜਾ ਸਰੂਪ ਹੈ ਉਹ ਨਜ਼ਰ ਆਉਣ ਲੱਗ ਜਾਏਗਾ, ਕਿਉਂਕਿ ਚੰਦ ਸੂਰਜ ਨੂੰ ਸਮ ਕਰਕੇ, ਪੌਣ ਨੂੰ ਸਮ ਕਰਕੇ ਜਦੋਂ ਤੁਸੀਂ ਦੇਖੋਗੇ ਤੇ ਪਾਤਸ਼ਾਹ ਬਾਣੀ ਜੀ ਕਹਿੰਦੇ ਨੇ ਚੰਦ ਸੂਰਜ ਦੋਏ ਜੋਤ ਸਰੂਪ, ਜੋਤੀ ਅੰਤਰ ਬ੍ਰਹਮ ਅਨੂਪ, ਕਰ ਰਹੇ ਗਿਆਨੀ ਬ੍ਰਹਮ ਵਿਚਾਰ, ਜੋਤੀ ਅੰਦਰ ਧਰਿਆ ਪਸਾਰ। ਇਹ ਨੇਤਰਾਂ ਦੀ ਜੋਤ ਨੂੰ ਜਦੋਂ ਸਮ ਕਰਕੇ, ਚੰਦ ਸੂਰਜ ਨੂੰ ਸਮ ਕਰਕੇ ਦੇਖਾਂਗੇ, ਇਹ ਸਾਹਮਣੇ ਫਿਰ ਬ੍ਰਹਮ ਜੋਤ ਨਜ਼ਰ ਆਏਗੀ। ਜਦੋਂ ਇੱਥੋਂ ਜੋਤ ਦੇ ਪ੍ਰਕਾਸ਼ ਦੇ ਦਰਸ਼ਨ ਕਰਦਾ, ਉਧਰੋਂ ਸ਼ਬਦ ਨੂੰ ਸੁਣਦਾ, ਫਿਰ ਮਨ ਨੇ ਕਰਮ ਕਰਨ ਤੇ ਜਾਣਾ ਹੈ, ਗੁਰੂ ਦੇ ਨਾਲ ਫਿਰ ਵਿਚਾਰ ਕਰਨੀ ਹੈ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ। ਫਿਰ ਗੁਰੂ ਦੇ ਨਾਲ ਜਦੋਂ ਵਿਚਾਰ ਕੀਤੀ ਤੇ ਗੁਰੂ ਨੇ ਮੋਹਰ ਲਾ ਦਿੱਤੀ ਕਿ ਹੁਣ ਤੁਸੀਂ ਕਰਮ ਤੇ ਜਾਓ, ਤੇ ਪਾਤਸ਼ਾਹ ਕਹਿੰਦੇ ਫਿਰ ਆਪਾਂ ਕੋਈ ਨਾ ਕੋਈ ਕਰਮ ਕਰਨਾ ਹੈ। ਤੇ ਗੁਰਮੁਖ ਫਿਰ ਕਿਸ ਤਰ੍ਹਾਂ ਵਿਚਰਦੇ ਨੇ, ਕਰਮੀ ਆਵੇ ਕੱਪੜਾ, ਨਦਰੀ ਮੁੱਖ ਦੁਆਰ, ਨਾਨਕ ਇਵੇ ਜਾਣੀਐ ਸਭ ਆਪੇ ਸਚਿਆ। ਫਿਰ ਇੱਥੋਂ ਮਨ ਜਦੋਂ ਪੌਣ ਵਿੱਚ ਆ ਗਿਆ ਤੇ ਮਨ ਨੇ ਕਰਮ ਕਰਨ ਵਾਸਤੇ ਆਉਣਾ ਹੈ ਰਜੋ ਗੁਣ ਦੇ ਉੱਪਰ। ਰਜੋ ਗੁਣ ਤੇ ਜਦੋਂ ਮਨ ਆ ਜਾਂਦਾ ਹੈ ਉਹਨੇ ਕੋਈ ਨਾ ਕੋਈ ਕੰਮ ਕਰਨਾ ਹੈ। ਰਜੋ ਗੁਣ ਹੈ ਸਰੀਰ ਨੂੰ ਪਾਲਣ ਵਾਸਤੇ। ਇੱਥੋਂ ਬਾਣੀ ਦੇ ਵਿੱਚ ਮਹਾਰਾਜ ਕਹਿੰਦੇ ਨੇ ਅਰਥਚਾਰਾ ਮਿਲਦਾ ਹੈ। ਤੇ ਜਦੋਂ ਰਜੋ ਗੁਣ ਤੇ ਆ ਗਿਆ, ਕੋਈ ਜੋਬ ਤੇ ਗਿਆ, ਕੋਈ ਕੰਮ ਤੇ ਗਿਆ, ਕੋਈ ਨੌਕਰੀ ਤੇ ਗਿਆ, ਕੋਈ ਬਿਜ਼ਨਸ ਤੇ ਗਿਆ, ਹੁਣ ਜਦੋਂ ਫਿਰ ਤੁਸੀਂ ਘਰੋਂ ਚੱਲਣਾ ਹੈ ਤੇ ਪਾਤਸ਼ਾਹ ਕਹਿੰਦੇ ਨੇ ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ। ਰਜੋ ਗੁਣ ਤੇ ਜਾ ਕੇ ਫਿਰ ਨਾਲ ਸਿਮਰਨ ਕਰਨਾ ਸ਼ੁਰੂ ਕਰ ਦੇਣਾ ਹੈ ਵੀ ਕਿਤੇ ਧਿਆਨ ਜਿਹੜਾ ਹੈ ਮੇਰਾ ਉਸ ਸ਼ਬਦ ਨਾਲੋਂ ਕਿਤੇ ਟੁੱਟ ਨਾ ਜਾਵੇ। ਜਿਸ ਤਰ੍ਹਾਂ ਇੱਕ ਮੁਰਗਾਬੀ ਆਪਣੀ ਖੁਰਾਕ ਲੈਣ ਵਾਸਤੇ ਪਾਣੀ ਦੇ ਵਿੱਚ ਆ ਕੇ ਬੈਠਦੀ ਹੈ, ਉਹ ਆਪਣੇ ਖੰਭਾਂ ਨੂੰ ਸੰਕੋਚ ਲੈਂਦੀ ਹੈ, ਇਸੇ ਤਰ੍ਹਾਂ ਮਨ ਵੀ ਜਦੋਂ ਆਉਂਦਾ ਹੈ ਉਸਨੇ ਆਪਣਾ ਧਿਆਨ ਸ਼ਬਦ ਵਿੱਚ ਰੱਖਣਾ ਹੈ ਤੇ ਆਪਣੇ ਆਪ ਨੂੰ ਸੰਕੋਚਦਿਆਂ ਹੋਇਆਂ, ਦ੍ਰਿਸ਼ਟੀ ਨੂੰ ਸਮ ਕਰਦਿਆਂ ਹੋਇਆਂ ਜਦੋਂ ਵਿਚਰਨਾ ਹੈ ਉਸ ਮਰਗਾਬੀ ਦੀ ਤਰ੍ਹਾਂ। ਇੱਥੇ ਸਾਰੇ ਪਾਸੇ ਲਹਿਰਾਂ ਚੱਲਦੀਆਂ ਨੇ ਵਿਸ਼ਿਆਂ ਵਿਕਾਰਾਂ ਦੀਆਂ। ਇੱਥੇ ਆ ਕੇ ਜਦੋਂ ਕਰਮ ਕਰਨਾ ਹੈ ਤੇ ਧਿਆਨ ਕਿੱਥੇ ਹੋਣਾ ਚਾਹੀਦਾ ਹੈ? ਸ਼ਬਦ ਦੇ ਵਿੱਚ। ਤੇ ਮਹਾਰਾਜ ਨੇ ਉਦਾਹਰਨ ਦਿੱਤੀ ਫਿਰ ਗੁਰਮੁਖ ਕਿਸ ਤਰ੍ਹਾਂ ਵਿਚਰਦੇ ਨੇ। ਆਉਂਦੇ ਜੈਸੇ ਜਲਮੇ ਕਮਲ ਨਿਰਾਲਮ, ਮੁਰਗਾਈ ਨਹਿ ਸਾਣੇ ਸ਼ਬਦ ਸੁਰਤ, ਭਵ ਸਾਗਰ ਤਰੀਐ ਨਾਨਕ ਨਾਮ ਵਖਾਣੇ। ਇੱਥੇ ਆ ਕੇ ਜਦੋਂ ਤੁਸੀਂ ਆਪਣਾ ਕਰਮ ਸ਼ੁਰੂ ਕਰ ਦਿੱਤਾ ਤੇ ਕਰਮ ਦੇ ਨਾਲ ਨਾਲ ਤੁਸੀਂ ਸਿਮਰਨ ਕਰਨਾ ਹੈ। ਇੱਥੋਂ ਹੀ ਦੋ ਰਸਤੇ ਸ਼ੁਰੂ ਹੋਣੇ ਨੇ। ਪਹਿਲਾਂ ਅਸੀਂ ਕਰਮ ਤੇ ਆਉਂਦੇ ਸੀ ਰੋਜ਼, ਧਾਤ ਦੇ ਰਸਤੇ ਤੇ ਚਲੇ ਜਾਂਦੇ ਸੀ। ਹੁਣ ਗੁਰੂ ਨੇ ਸਿੱਖਿਆ ਦਿੱਤੀ ਵੀ ਕਰਮ ਕਰਨਾ ਹੈ, ਪਰ ਜਦੋਂ ਤੁਸੀਂ ਕਰਮ ਕਰਨਾ ਤੁਹਾਡੀ ਲਿਵ ਸ਼ਬਦ ਦੇ ਨਾਲ ਜੁੜੀ ਹੋਣੀ ਚਾਹੀਦੀ ਹੈ। ਜਦੋਂ ਤੁਸੀਂ ਕਰਮ ਕਰੋ ਤੇ ਨਾਲ ਨਾਲ ਧਰਮ ਦੇ ਰਸਤੇ ਦੇ ਉੱਪਰ ਚੱਲਣਾ ਹੈ। ਇੱਥੇ ਹੁਣ ਜਦੋਂ ਆਪਾਂ ਕਰਮ ਕਰਨਾ ਸ਼ੁਰੂ ਕਰ ਦਿੱਤਾ ਤੇ ਨਾਲ ਨਾਲ ਕੀ ਕਰਨਾ ਹੈ? ਸਿਮਰਨ ਕਰਨਾ ਹੈ। ਜੇ ਧਿਆਨ ਇੱਧਰ ਉੱਧਰ ਜਾਂਦਾ ਹੈ ਨਾਲ ਉਹਨੂੰ ਰੋਕਣਾ ਹੈ। ਪਾਤਸ਼ਾਹ ਕਹਿੰਦੇ ਨੇ ਕਰਮ ਧਰਮ ਤੁਮ ਚੌਪੜ ਸਾਜੋ, ਸਤ ਕਰੋ ਤੁਮ ਸਾਰੀ, ਕਾਮ ਕ੍ਰੋਧ ਲੋਭ ਮੋਹ ਜੀਤੋ,
ऐसी खेल हर प्यारी इतने जो कर्म करना शुरू कर दिता नाल सिमरन करना है नाल असी सिमरन कर रहे हाँ नाल असी कर्म कर रहे हाँ नाल वो शब्द दे विच ध्यान है कर्म करदे करदे जो असी सिमरन करदे ते साडा जिहड़ा मन है यह लिवदे रस्ते दे उपर चल पैंदा है कर्म करदे करदे जो असी सिमरन करदे हाँ मन जेड़ा है वह धर्म के मार्ग के उपर चल पैंदा है इसनों महाराज गुरबाणी दे विच संत मार्ग कहिंदे ने ते पातशाह कहिंदे ने संत का मार्ग धर्म की पौड़ी इहदे नाल कम कर रहे नाल सिमरन कर रहे हां कर्म भी नाल नाल चल रहा है नाल नाल सिमरन भी चल रहा है हुण ऐसी अवस्था वे फिर जदों असीं देखदे हां ते साडी दृष्टि जिहड़ी है वह फिर बदल जाती है जदों मन कर्म के नाल नाल धर्म से चल रहा वह देख रहा है कहते काहू दीने पाठ पटंबर काहू पलंग नवारा काहू गरी गोदरी नाही काहू खान परारा ऐर खवाद न कीजे रे मन सुकिरत कर कर लीजे रे मन कर्म कर रहा है नाल नाल सिमरन कर रहा है ते सिमरन करदे आ उहदे मन नू आसरा है सिमरन करदे होए ते मन नू संतोख है इधरों सारा दिन आपां कर्म करदे हां ते कर्म करदे करदे जदों रात पै गई ऐसी अवस्था विच आपां घर आ गए बहिंदे आ उठदे आ हर नाम ते आवै जो सास ग्रास त्याय मेरा हर हर सो गुर सिख गुरु मन पावे जदों आपां कर्म तो वेले हो गए घर आ गए हुण घर आए प्रशादा छकिया ते रात नूं आपां सौण चले गए जदों सौण लगे हुण पता लग्गिया कि आ जिहड़े शरीर ने तत ने इहनां नूं छड्डणा है ते तत्तां नूं छड्डन लगे सिमरन शुरू कर दिता श्वास ग्रास जदों श्वास अंदर गया वाह गगन हो गया गुरु सिमरन करदे करदे जदों पौन फिर सम होई अपना जिहड़ा ध्यान सी उह शब्द विच लाया फिर उसे तरह चंद सूरज नूं सम कीता ते शब्द गगन विच चला गया इधरों घराड़ा वजा ते मन जिहड़ा सी उह अपने घर चला गया इस अवस्था दे विच रात नूं आपां सरीर छड्ड देना हुंदा है ते उहनूं फिर बाणी च मारे दस रहे ने कहिंदे राजस तामस सत ए काल समावै ससियर के कर सूर समावै जोग जुगत की कीमत पावै इसे तरह रात नूं त्रै गुणा नूं बंद कीता शब्द विच ध्यान लाया ते मन जिहड़ा सी उह अपने घर चला गया हुण रात नूं घर चले गए सुन विच सवेरे फिर आ गए इसे तरह गुरमुख जिहड़ा है उह गुरु दी मत द्वारा फिर आउणा जाणा बना लैंदा है हुण आपां रोज आउंदे हां ते रोज चले जांदे हां पर आपां गुरु दी मत कोल इह नहीं सिखदे हुण गुरमुख ने गुरु दे कोल आ के गुरबाणी दे राहीं इह सिख लिया उह सवेरे आ गए ते रात नूं आपणे घर चले गए उहनां ने इह खेल बना लिया आवण जावण इक खेल बनाया आग्याकारी किन्नी माया सवेरे आ जांदे ने वापस जाणा हुंदा है हुण एक दिन जदों वापस आउण लगे ते माता पिता नूं बेनती करदे ने क्योंकि जदों सवेरे आउणा हुंदा है फिर पुछदे ने कि प्यार टुट ना जाए किते कहंदे ने मारे कृपा करो रोज जाणा पैंदा है सानू अपने कोल ही रख लो रोज जाते हाँ
ध्यान रहिंदा है कि ते कोई गलती ना हो जाए ते कृपा करो इथे ही रख लो हुण पता ते लग गया असली करते हुई है ते मालिक ने हुक्म कीता नहीं जाना पएगा ते जदों लोड़ होई ते तुहानू असीं बुला लांगे। हुण इथों गुरमुख एक दिन आए ते पता है भी आ साडा देश नहीं साडा घर नहीं रोज आना जाना बनिया होया है ते विचरद्या विचरद्या फिर एक दिन मालिक ने आवाज दित्ती हुण जिहड़ा भेजण वाला है एक दिन बुलाउंदा है वापस ते जिहने गुरु दी मत द्वारा खिलणा सिख्या होएगा वह फिर किस तरह जांदा है। आए सी हुक्म दे विच विचरे सी मालिक ने आवाज दे दित्ती मर कहिंदे जिन तों भेजे तिने बुलाए सुख सहज सेती कर आओ आनंद मंगल गाओ सहज तुन नेचल राज कमाओ घर आओ मेरे मीत। हुण जदों मन विचरदा है ते इधरों मालिक ने आवाज दित्ती भी घर वापस आ जाओ ते हुण माता पिता की आवाज नूं मन पहचानदा सी गुरमुख नूं पहचान हुंदी है अपने माता पिता की। जिस तरह इत्थे तुहाडी माता पिता कोई आपां नूं आवाज देवे आपां पछाण लैंदे हां इधरों माता पिता बोले ने आवाज आई ते गुरमुख ने पछाण लिया आंदे हर बोले गुरमुख पूजे चीने शब्द अवनाशी है। जदों माता पिता ने आवाज दित्ती ते पता लग गया भी बुला रहे ने आंदे भी कोई गल हो गई बुला रहे ने वो अपना ध्यान अंतरगत टिका लेंदे ने आंदे आवाज आ रही है क्योंकि जदों आवाज आउंदी है गुरमुखां ने पहलां दस्या होया है कि जदों तुसीं सानूं बुलाउणा है ते जमां नूं ना कल्लिया जाए कहो कबीर एक बेनती सुनीजे मत कालो जम की खबरी कि जदों तुसीं सानूं बुलाउणा ते आप ही आवाज दे दिया जाए। इधरों मार्ग जदों आवाज दिंदे ने ते अपने अंदर पंज शब्द बहुत तेज हो जांदे ने जदों शब्द की आवाज ज्यादा तेज हो जाती है तो गुरमुखां नूं अंदाजा हो गया भी हुण वापस बुला रहे ने ओ फिर अपना ध्यान उस शब्द विच लाउंदे ने ते शब्द विच ध्यान लाउण दे नाल नाभी तों इह गंढ खुल जांदी है ते ओह अपने घर वापस चले जांदे ने। जिस तरह मारे गुरु अमरदास सच्चे पातशाह संगत विच बैठे हुए ने अपने घर विच आना जाना बनिया होया है ते आवाज आई क्योंकि शब्द विच इन्ने लीन हो गए शब्द नाल इन्ना प्यार है जगदाता सोए भगत वशल ते लोए जियो शब्द समावे अवर न जाने कोई जियो अवर न जाने शब्द गुर के एक नाम त्याव है प्रसाद नानक गुरु अंगद परम पदवी पाव है। शब्द विच ध्यान इन्ना जुड़ चुका है ते आवाज आ गई बुलावा आ गया ते बुलावा आया ते आवाज दित्ती संगतां नूं दसन लगे कि तुसी पुत भाई परिवार मेरा मन देखो कर निर्जा जीओ भी तुसी हुण देखो असी देह छड के उस पार ब्रह्म विच लीन होण लगे उहदी आवाज आ गई है क्योंकि जदों मालक बोलदे ने ते शब्द तेज हो जांदा है अपने अंदर आ जिहड़े अनहद शब्द आपां नूं सुणदे ने जिन्हां दी निशानी बाणी विच दसी होई है घर घर ताल पखाव जनैनो माथे वजे रबाबा करणहु मधुर बांसरी बाजे जिहवा धुन अगाजा। जिस तरह बंसरी की आवाज है घनकोर पैंदी है ये शब्द आम नालों तेज हो जाते हैं
ते जो आम नालों तेज हो गए ते गुरमुख नूं पता लग जांदा है, उह शब्द विच ध्यान लाउंदे ने, इधरों गंढ खुली उह शब्द विच समा के अपने घर चले जांदे ने। इस तरह जिसने गुरु की मत लई उह शब्द विच समा के अखीर अपने घर चला जांदा है। तां महाराज बाणी दे अंदर फरमाउंदे ने, कहिंदे जह आपटे बहुत घन साध, पार ब्रह्म के संगी साध, चित्र गुप्त सब लिखते लिखा, भगत जना को दृष्ट न पेखा, कहो नानक जाका सतगुर पूरा, वाजे ताके अनहद तूरा। जदों उन्हां दा ध्यान शब्द विच जुड़ गया उस शब्द विच समा के अपने घर चले जांदे ने। ऐसी अवस्था में जिहड़े गुरु की मत विच गुरु की शरण विच आए ते गुरु उन्हां नूं रस्ते पा दिता ते उन्हां दा आवागमन जिहड़ा है वह खंडन हो जाता है। ते महाराज कहिंदे ने गुरमुखां नूं पंथ प्रगटा, दर ठाक न कोई पाए, हर नाम सलाहन नाम मन, नाम रह लिवलाए, अनहद धुनी सद वजदे उन मुन हर लिवलाए। आपां भी हुण गुरु की शरण विच सतगुरु की शरण विच बैठे हाँ, आपां भी इथों गुरु की मत लैके जीवन की जा सकनी है। शब्द राही आउणा ते देह छड के शब्द राही आपां मरना सीखना है। इसे करके आपां नूं मर कहिंदे ने सिखो शब्द प्यारे हो, कहिंदे शब्द की खोज करो, शब्द नाल जुड़ना सीखो। सिखो शब्द प्यारे हो, जन्म मरण की टेक, मुख उजल सदा सुखी, नानक सिमरत एक। सवेरे आपां आईए, रात नूं अपने घर जाइए, आना जाना बन दे, साडा जीवन सफल हो जाए। मोया जित कर जाइए, तित जीव दिया मर मार, अनहद शब्द सुहावने पाइए, गुर विचार अनहद बाणी पाइए, तां होमे होए बनास। सो इस करके आओ सारे आपां हुण किवें सुबह तो कोशिश करनी है, आओ थोड़ा जिहा आपां सिख लईए। समा हो गया है सिमरन करना पौन नूं सम करन वास्ते। हुण आपां रात नूं जाण दा तरीका सिखना है, सुबह का तो तुसीं समझिया है भी सवेरे किवें आउणा, हुण रात नूं तुसीं शरीर किवें छड्डना है। आपां इन्ना अभ्यास होना चाहीदा है। महाराज कहिंदे ने एक चित जे इक छिन ध्यायो, काल फास के बीच ना आयो। आपां इस पौन नूं सम करना है। जदों पौन सम हो गई, इह सूरज नूं चंद्रमा वाले पासे लै जाना है, शब्द नूं सुनना ते फिर गगन विच चले जाना है। इह आपां नूं समझाया होया है उन्हां ने, तरीका महाराज बाणी दे विच आपां नूं दस्सिया है भी किस तरह सूर सर सोस लै, सोम रख भोख लै, सुन निरंतर दीजे बंद, उड़े न हंसा पड़े न कंध, सच्चे महल निवास निरंतर, आवागमन चकाया, ना मन चले न पौन उडाए। ये बहुत बरीक बरीक बाणी विच विधियां दसियां होईयां ने, खुले समय की लोड़ है। आओ किस तरह आपां रात नूं शरीर छड्डना, जदों तुसीं अपने आसन ते बैठते हो शरीर नूं रिलैक्स कर देना है, सह सुभा ही बोलना है, वाहिगुरु ऐसा बोलदिया जाना है। हौली हौली एकदम तुहानूं खुमारी जी चढ़ेगी, शरीर का चेता भुलन लग जाएगा ते तुसीं नींद की अवस्था में तुरे जाना है। सौ थोड़ा जिहा आपां एक दो मिनट है थोड़ा जिहा सिख लईए। आओ सारे प्यार नाल रसना नाल जाप करते थोड़ा अंतर्गत हो जाओ। वाह
ਸੋ ਇਸ ਤਰ੍ਹਾਂ ਜਾਪ ਕਰਦਿਆਂ ਕਰਦਿਆਂ ਆਪਾਂ ਇਸ ਅਵਸਥਾ ਵਿੱਚ ਜਾਣਾ ਹੁੰਦਾ ਹੈ। ਇਸੇ ਨੂੰ ਹੀ ਸਹਿਜ ਅਵਸਥਾ ਅੱਗੇ ਨੀਂਦ ਦੀ ਅਵਸਥਾ ਕਹਿੰਦੇ ਨੇ। ਪਾਤਸ਼ਾਹ ਕਹਿੰਦੇ ਨੇ ਸੁਣ ਸਕੀਏ ਮੇਰੀ ਨੀਂਦ ਭਲੀ। ਨੀਂਦ ਆਏਗੀ, ਕਿਵੇਂ ਆਏਗੀ? ਫਿਰ ਹੌਲੀ ਹੌਲੀ ਜਦੋਂ ਤੁਸੀਂ ਜਾਪ ਕਰਦੇ ਜਾਓਗੇ ਐਸਾ ਫਿਰ ਮਨ ਸਹਿਜ ਵਿੱਚ ਤੁਰਿਆ ਜਾਏਗਾ। ਸੋ ਆਪਾਂ ਕੋਸ਼ਿਸ਼ ਕਰਨੀ ਹੈ ਗੁਰਬਾਣੀ ਦੁਆਰਾ ਸਿੱਖ ਕੇ ਪ੍ਰੈਕਟੀਕਲੀ ਜੀਵਨ ਆਪਾਂ ਬਣਾਉਣਾ ਹੈ। ਘਰੋਂ ਆਈਏ ਅਤੇ ਘਰ ਹੀ ਆਪਾਂ ਵਾਪਸ ਚਲੇ ਜਾਈਏ। ਸੋ ਗੁਰਮੁਖ ਦੀ ਅਵਸਥਾ ਬਣ ਜਾਂਦੀ ਹੈ। ਗੁਰਮੁਖ ਜਾਏ ਮਿਲੇ ਨਿਜ ਮਹਿਲੀ, ਅਨਹਦ ਸ਼ਬਦ ਵਜਾਵੇ ਗੋ, ਜੀ ਜੰਤ ਸਭ ਸਿਸਤ ਪਾਈ ਗੁਰਮੁਖ ਸੋਭਾ ਪਾਵੇਗਾ। ਸੋ ਆਪਾਂ ਸਿੱਖੀਏ, ਆਪਾਂ ਵਡਭਾਗੀ ਹਾਂ ਕਿ ਗੁਰਬਾਣੀ ਦਾ ਪ੍ਰਕਾਸ਼ ਆਪਣੇ ਕੋਲ ਹੈ, ਗੁਰੂ ਆਪਣਾ ਪੂਰਾ ਹੈ। ਵਾਹੋ ਵਾਹੋ ਪੂਰੇ ਗੁਰ ਕੀ ਬਾਣੀ, ਪੂਰੇ ਗੁਰ ਦੇ ਉਪਜੀ ਸੱਚ ਸੁਣਾਣੀ। ਸਵੈਸੀ ਅਵਸਥਾ ਵਿੱਚ ਸਤਸੰਗਤ ਵਿੱਚ ਆ ਕੇ ਸਿੱਖੀਏ। ਸੋ ਗੁਰੂ ਘਰ ਵਿੱਚ ਗੁਰਦੁਆਰਾ ਨਾਨਕਸਰ ਵਿਖੇ ਆਪ ਸਾਰੀਆਂ ਸੰਗਤਾਂ ਦਾ ਪਹੁੰਚਣ 'ਤੇ ਧੰਨਵਾਦ ਹੈ। ਗੁਰਮੁਖ ਪਿਆਰਿਆਂ ਦਾ ਜਿਨ੍ਹਾਂ ਨੇ ਐਸਾ ਸਮਾਂ ਦਿੱਤਾ ਹੈ ਬੈਠ ਕੇ ਉਸ ਮਾਲਕ ਦੀਆਂ ਗੱਲਾਂ ਕਰਨ ਦਾ, ਗੁਰੂ ਦੀਆਂ ਗੱਲਾਂ ਕਰਨ ਦਾ ਸੁਭਾਗ ਆਪਾਂ ਨੂੰ ਮਿਲਿਆ ਹੈ।